नानक पग पंकज बंदन, पग पंकज बंदन। सिमरो अंगद दोख निकंदन, अमरदास गोर हृदय त्यामो, हृदय त्यामो। श्री गुरु रामदास गुण गावो, श्री अर्जन विघ्नन के नाशक, विघ्नन के नाशक। श्री हर गोविंद शुभ सुमत प्रकाशक, श्री हर राय नमो कर जोड़ी, नमो कर जोड़ी। गुरु हर कृष्ण मनाए बहोरी, गुरु तेग बहादुर परम केर पाला, परम केर पाला। श्री गुरु गोविंद सिंह बिसाला, तनो धरा पर पुन पुन सीसा, पुन पुन सीसा। बंदो बार बार जगदीशा, जिसमें अमृत ज्ञान है माणक भगत बैराग। श्री गुरु ग्रंथ साहिब उदद बंदों करे अनुराग, एक अंकार सतगुरु तेह प्रसाद सच होए। वाहे गुरु जी की फतेह, विघ्न विनाशन सोए। सतनाम श्री वाहेगुरु साहिब जी दोहरा, वाहेगुरु। मदरी उतरे गुर प्रभु दासन लाए तुरंग, फर्श कराए विशाल को बैठे सिख भट संग। मदरी उतरे गुर प्रभु दासन लाए तुरंग। सतगुरु गरीब नवाज दीन दुनिया दे मालक, चबर छतर तखत दे मालक, सम्राट गुरु परतख गुरु, दीन दयाल कृपाल अंतरजामी पूर्ण पार ब्रह्म परमेश्वर, वाहिगुरु अकाल पुरख जी का सरगुण स्वरूप, दासां गरीबां सिखां सेवकां सबना की इज्जत रखण वाले, पत रखण वाले, दया करन वाले, रहमतां करन वाले, बख्शिशां करन वाले, हाजरा हजूर जहरा जहूर सर्व कला भरपूर, अंतरयामी सुख निदान सतगुरु, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज।
साहिब जी महाराज। बड़े ही प्यार दे नाल सारी संगत दोवें हाथ जोड़ के गज के उच्चारण करो जी धन धन श्री गुरु ग्रंथ साहिब जी महाराज। श्री गुरु ग्रंथ साहिब जी महाराज। सतगुरु जी दी पवित्र पावन हाजरी विखे सुभाईमान संगत जी आप जी बड़े ही प्यार दे नाल सतगुरु जी दे हजूर सजे हुए हो। हजूर महाराज साहब सच्चे पातशाह जी दी अमृतमई गुरबाणी जी दी गुरबाणी जी का पाठ आप जी ने सरवण किया है। कुछ समा गुरु घर का महान पवित्र इतिहास जो गुरु हरगोबिंद साहब जी की लड़ीवार कथा चल रही है वह आपने बड़े प्यार दे नाल सरवण करनी है। सब संगत गज के फतेह बुलाओ जी। वाहिगुरु जी का खालसा वाहिगुरु जी की फतेह। सारिया संगतां प्यार नाल कहो धन धन श्री गुरु हरगोबिंद साहिब जी महाराज। धन धन श्री गुरु हरगोबिंद साहिब जी महाराज। सतगुरु गरीब नवाज श्री गुरु हरगोबिंद साहिब जी दीन दुनिया नूं तार रहे हन। तारदे तारदे महाराज कश्मीर पहुंचे। कश्मीर तो अगे हैदराबाद बारामूला ਉਹਦੇ ਤੋਂ ਬਾਅਦ ਮਹਾਰਾਜ ਗਰੀਬ ਨਵਾਜ ਉਸ ਜਗ੍ਹਾ ਪਹੁੰਚੇ ਹੈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ ਹੈ ਜੀ। ਨਨਕਾਣਾ ਸਾਹਿਬ ਜੀ ਦੀ ਮਹਾਨ ਪਵਿੱਤਰ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹੁੰਚੇ। ਖੁੱਲ੍ਹੀ ਮਾਇਆ ਖੁੱਲ੍ਹਾ ਪ੍ਰਸ਼ਾਦ ਅਤੇ ਭੇਟਾਵਾਂ ਲੈ ਕੇ ਮਹਾਰਾਜ ਨੇ ਉਸ ਸਥਾਨ 'ਤੇ ਨਮਸਕਾਰ ਕੀਤੀ ਹੈ। ਗੁਰਸਿੱਖਾਂ ਜਿਹੜੇ ਨਾਲ ਨੇ ਮਹਾਰਾਜ ਜੀ ਦੇ ਸਤਿਗੁਰੂ ਜੀ ਨੇ ਉਹਨਾਂ ਨੂੰ ਇਤਿਹਾਸ ਦੱਸਿਆ ਸਾਰਾ। ਮਹਾਰਾਜ ਜੀ ਉਸ ਰੁੱਖ ਦੇ ਹੇਠਾਂ ਵੀ ਗਏ ਹਨ ਜਿੱਥੇ ਸ਼ੇਸ਼ ਨਾਗ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੀਸ ਉੱਤੇ ਛਾਂ ਕੀਤੀ ਸੀ। ਮਹਾਰਾਜ ਜੀ ਉੱਥੇ ਵੀ ਚਰਨ ਪਾਏ। ਸੱਚੇ ਪਾਤਸ਼ਾਹ ਮਹਾਰਾਜ ਸਾਰੇ ਅਸਥਾਨਾਂ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਹਨ। ਰਾਏ ਬੁਲਾਰ ਜੀ ਦਾ ਪਰਿਵਾਰ ਸਤਿਗੁਰੂ ਜੀ ਨੂੰ ਮਿਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਾਚਾ ਜੀ ਬਾਬਾ ਜੀ ਬਾਬਾ ਲਾਲ ਚੰਦ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਸੰਗਤਾਂ ਬਾਬਾ ਲਾਲੂ ਜੀ ਕਹਿੰਦੀਆਂ ਨੇ। ਬਾਬਾ ਲਾਲੂ ਜੀ ਦੇ ਪੜਪੋਤਰਾ ਸਾਹਿਬ ਜੀ ਹਜ਼ੂਰ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆ ਕੇ ਦਰਸ਼ਨ ਕਰਦੇ ਹਨ। ਦਰਸ਼ਨ ਕਰਕੇ ਬਹੁਤ ਸੁੱਖ ਆਨੰਦ ਵਾਲਾ ਮਾਹੌਲ ਬਣਿਆ ਹੈ। ਆਏ ਹੋਏ ਗੁਰਮੁਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਦਰਸ਼ਨ ਕਰਕੇ ਗੁਰੂ ਜੀ ਦੀ ਬੈਠਣ ਦੀ ਉੱਠਣ ਦੀ ਬੋਲਣ ਦੀ ਤੁਰਨ ਫਿਰਨ ਦੀ ਬਚਨ ਕਰਨ ਦੀ ਸ਼ਕਨ ਛਕਾਉਣ ਦੀ ਆਏ ਹੋਏ ਗੁਰਮੁਖਾਂ ਦਾ ਸਤਿਕਾਰ ਕਰਨ ਦੀ ਇਹ ਸਾਰੀ ਮਰਿਆਦਾ ਤੌਰ ਤਰੀਕੇ ਵੇਖ ਕੇ ਤੇ ਸਾਰੇ ਬੜੇ ਖੁਸ਼ ਹੋਏ ਨੇ ਜੀ। ਗੱਲ ਕੇ ਆਖੋ ਵਾਹਿਗੁਰੂ। ਬਹੁਤ ਖੁਸ਼ ਹੋਏ ਨੇ ਇਸ ਕਰਕੇ ਖੁਸ਼ ਹੋਏ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਵੀ ਜਵਾਨੀ ਵਾਲੀ ਹੈ ਪਰ ਜਵਾਨੀ ਦੀ ਉਮਰ ਵਿੱਚ ਮਰਿਆਦਾ ਕਿੰਨੀ ਰੱਖੀ ਹੈ ਇਹ ਕੁਝ ਵੇਖ ਕੇ ਸਾਰੇ ਬਹੁਤ ਖੁਸ਼ ਪ੍ਰਸੰਨ ਹੋਏ ਆ ਜੀ। ਚੇਤਾ ਰੱਖਿਓ ਚੰਗੀ ਸ਼ਖਸੀਅਤ ਬੰਦੇ ਉੱਤੇ ਜ਼ਬਰਦਸਤ ਪ੍ਰਭਾਵ ਪਾਉਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਤਾਂ ਹੈ ਹੀ ਮਾਲਕ ਸੱਚੇ ਪਾਤਸ਼ਾਹ ਫਿਰ ਉਹਨਾਂ ਦਾ ਪ੍ਰਭਾਵ ਕਿਉਂ ਨਹੀਂ ਪੈਣਾ ਜੀ। ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਕੇ ਬਾਗੋ ਬਾਗ ਹੋਈਆਂ ਅਤੇ ਦਰਸ਼ਨ ਕਰਕੇ ਹਜ਼ੂਰ ਮਹਾਰਾਜ ਧੰਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੀਆਂ ਹੋਈਆਂ ਸੰਗਤਾਂ ਘਰਾਂ ਨੂੰ ਗਈਆਂ ਵੀ ਕਮਾਲ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਾਂ ਬਹੁਤੇ ਵੱਡੇ ਸਤਿਗੁਰੂ ਹਨ ਬਹੁਤੇ ਵੱਡੇ ਮਾਲਕ ਹਨ ਕਿਵੇਂ ਆਪਣੇ ਵੱਡੇ ਸਤਿਗੁਰਾਂ ਦੇ ਅਸਥਾਨ 'ਤੇ ਆਏ ਹਨ। ਸੰਗਤ ਜੀ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੇ ਵੱਡੇ ਸਤਿਗੁਰੂ ਜੀ ਕਹਿੰਦੇ ਸਨ ਜੀ ਵੱਡੇ ਗੁਰੂ ਜੀ ਕਹਿੰਦੇ ਜੀ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਆਦਿ ਗੁਰੂ ਨੇ ਪ੍ਰਥਮ ਗੁਰੂ ਨੇ ਪਹਿਲੇ ਗੁਰੂ ਹਨ ਉਹਨਾਂ ਨੇ ਸਾਰੀ ਪ੍ਰਪਾਟੀ ਚਲਾਈ ਹੈ। ਸੋ ਇੱਥੋਂ ਤੱਕ ਆਪ ਜੀ ਨੇ ਕਥਾ ਸੁਣੀ। ਹਜ਼ੂਰ ਮਹਾਰਾਜ ਗਰੀਬ ਨਵਾਜ ਫਿਰ ਉੱਥੇ ਕਈ ਦਿਨ ਰਹਿ ਕੇ ਸੱਚੇ ਪਾਤਸ਼ਾਹ ਉੱਥੋਂ ਤੁਰੇ ਆ ਅਤੇ ਪਾਕਿਸਤਾਨ ਦੇ ਵਿੱਚ ਸ਼ੇਖੂਪੁਰ ਇਲਾਕਾ ਹੈ। ਸ਼ੇਖੂਪੁਰ ਇਲਾਕੇ ਦਾ ਇੱਕ ਪਿੰਡ ਹੈ ਜਿਸ ਪਿੰਡ ਦਾ ਨਾਮ ਹੈ ਮਦਰੀ ਪਿੰਡ ਜੀ। ਮਹਾਰਾਜ ਜੀ ਜਦੋਂ ਤੁਰੇ ਤੇ ਬੜੇ ਅਸਥਾਨਾਂ 'ਤੇ ਸਤਿਗੁਰੂ ਜੀ ਨੇ ਚਰਨ ਪਾਏ। ਸਾਰੀਆਂ ਗੱਲਾਂ ਤਾਂ ਲਿਖਣ ਵਿੱਚ ਨਹੀਂ ਆਉਂਦੀਆਂ। ਉਂਝ ਮੈਂ ਇੱਕ ਗੁਰਸਿੱਖ ਦਾ ਨਾਮ ਤੁਹਾਨੂੰ ਦੱਸ ਦਿੰਦਾ। ਭਾਈ ਧੰਨਾ ਸਿੰਘ ਜੀ ਹੋਏ ਆ ਜੀ। ਉਹਨਾਂ ਦਾ ਗ੍ਰੰਥ ਲਿਖਿਆ ਜੀ, ਉਹਨਾਂ ਨੇ ਆਪ ਡਾਇਰੀਆਂ ਲਿਖੀਆਂ, ਉਹਦਾ ਵੱਡਾ ਅੱਜ ਗ੍ਰੰਥ ਬਣਿਆ ਇੱਕ ਗੁਰ ਤੀਰਥ ਸਾਈਕਲ ਯਾਤਰਾ। ਉਹ ਫਿਰ ਉੱਧਰੋਂ ਉੱਧਰੋਂ ਲੰਘੇ ਜਿੱਧਰੋਂ ਜਿੱਧਰੋਂ ਮਹਾਰਾਜ ਗਏ ਜੀ। ਬਹੁਤ ਸਾਰੇ ਅਸਥਾਨ ਉਹਨਾਂ ਨੇ ਉਸ ਗ੍ਰੰਥ ਵਿੱਚ ਲਿਖੇ ਜਿੱਥੇ ਜਿੱਥੇ ਗੁਰੂ ਜੀ ਨੇ ਚਰਨ ਪਾਏ ਜੀ। ਸੋ ਬੜੀਆਂ ਥਾਵਾਂ 'ਤੇ ਮਹਾਰਾਜ ਗਏ ਹੈ ਪਰ ਭਾਈ ਸਾਹਿਬ ਭਾਈ
संतोख सिंह जी मदरी पिंड का जिक्र करते हैं, मदरी पिंड का जी ये हुण आपां कथा सुननी है। धरो गुरु हरगोबिंद साहब जी के चरणों का ध्यान, सारी संगत गज के कहो धन धन श्री गुरु हरगोबिंद साहब जी, धन धन श्री गुरु हरगोबिंद साहब जी महाराज, धन धन श्री गुरु हरगोबिंद साहब जी महाराज, धन धन श्री गुरु हरगोबिंद साहब जी महाराज। सब संगत गज के आखो जी सतनाम श्री वाहे गुरु साहिब जी। दोहरा मदरी उतरे गुर प्रभु दासन लाए तुरंग। हजूर महाराज गरीब नवाज शेखपुरे दे पिंड विच, मदरी पिंड विच महाराज उतरे हैं। दास सिख सेवक जिहड़े नाल हन उन्हां सारिआं ने घोड़े लाए जी, जिथे जिथे जगह मिली जी, रुखां दे नाल घोड़े बन्न दिंदे हुंदे सीगे जी। हांजी फर्श कराए विसाल को बैठे सिख भट संग। हजूर महाराज गरीब नवाज जी वास्ते फिर विछाई कीती गई जी। हांजी सतगुरु जी दा आसन लाया, महाराज भी बैठ गए ते गुरु जी दे नाल बड़े बड़े योधे ने ते सूरमे ने जी। 500 शस्त्रधारी सिख भट सूरमे गुरु हरगोबिंद साहब जी दे नाल सदा ही रहिंदे हुंदे सीगे जी। सारे बैठ गए जाओ भाई ग्राम बिखै नर सुन सब आए। मदरी पिंड दे लोकां ने सुनिया साडे पिंड विच सच्चे पातशाह गुरु हरगोबिंद साहब आए हन, सब लोग चल के उथे आए जी। फिर अरप उपायन सीस निभाए, नाले ते पेटावां गुरु जी नूं भेट कीतियां ते नाले हाथ जोड़ जोड़ के सीस नवाए। आपां वी नवाईए धन गुरु हरगोबिंद साहिब जी महाराज। भेटा रखी सच्चे पातशाह जी दे चरणां च, मत्था टेकिया सारिआं ने। सेवा सर्ब करी गुर केरी ते हजूर महाराज गरीब नवाज जी दे प्रशादे वास्ते लंगर वास्ते हर प्रकार दी सेवा कीती गई जी। हाँ जी एक सिख ने भाख्यो तिस बेरी ते साल संगत जी, एक सिख ने ना उसे इलाके दा सी उस सिख जी, ओ सिख जी ओ गुरु हरगोबिंद साहिब महाराज नूं कहण लगा जी। हाँ जी श्री अर्जुन को आसा इहा कहिंदा महाराज सच्चे पातशाह आप जी दे पिता सतगुरु जी, धन धन श्री गुरु अर्जन देव महाराज जी का एक सोटा इस पिंड विच हैगा महाराज। हांजी पग की पनही उत्तम महा ते गरीब नवाज सच्चे पातशाह जिथे एक सोटा है ना उथे होर वड्डी गल, श्री गुरु अर्जन देव महाराज जी के चरणों के जोड़े भी इस पिंड विच हैगे। संगत जी गुरसिख बड़ा ही प्यार करते सतगुरु जी के जोड़े। सुन सतगुर सो निकट मंगाए, महाराज गरीब नवाज सच्चे पातशाह कहन लगे भी भाई लैके आओ सानू भी दर्शन कराओ साडे पिता जी दे जोड़े दे जी, पिता जी दे हथां दे सोटे दे सतगुरु जी दे ओ दर्शन करवाओ। कर दर्शन सब सीस निभाए ते जिस सिख दे घर विच सी ना ओ फिर बड़े ही सत्कार नाल महाराज गुरु अर्जन साहब जी का जोड़ा लैके आया जी, सोटा लैके आया जी ते संगत ने तो सीस नवाया ही। हुण वेख लो कई किंतु परंतु करते है, पर तुसी अंदाजा लाओ गुरु हरगोबिंद साहब ने उन्हू जोड़े नू मत्था टेकिया जी। हाँ जी गुरु हरगोबिंद साहब ने जोड़े तो मत्था टेकिया गुरु अर्जन देव जी ने जी। हाँ जी जेठे बुझियो गुर किस कारण ते गुरु हरगोबिंद साहब जी दे नाल ब्रह्म ज्ञानी सिख भाई जेठा जी हन जी। भाई जेठा जी गुरु हरगोबिंद साहब महाराज नूं पुछण लगे सच्चे पातशाह दिए तुम है सो करो उचारण। भाई जेठा जी कहिंदे आ भी महाराज इस सिख नूं महाराज ने क्यों जोड़ा दिता क्यों सोटा दिता। महाराज कहिंदे सिखा दस
ਸੁਣ ਸਿੱਖ ਮਾਣਕ ਜਿਸ ਕੋ ਨਾਮੂ, ਉਸ ਸਿੱਖ ਦਾ ਨਾਮ ਸੀ ਭਾਈ ਮਾਣਕ। ਭਾਈ ਮਾਣਕ ਜੀ ਨੇ ਕਹਿਵੇ ਲੱਗਿਓ ਸਰਬ ਅਭਿਰਾਮੂ, ਤੇ ਸਾਰਾ ਪ੍ਰਸੰਗ ਫਿਰ ਦੱਸਿਆ ਵੀ ਸਾਡੇ ਘਰ ਚ ਜੋੜਾ ਕਿਵੇਂ ਆਇਆ ਤੇ ਸੋਟਾ ਕਿਵੇਂ ਆਇਆ ਜੀ। ਬੜੇ ਧਿਆਨ ਨਾਲ ਸੰਗਤ ਜੀ ਸੁਣਿਆ। ਹਾਂਜੀ, ਸ਼੍ਰੀ ਅਰਜਨ ਜੀ ਇਸ ਥਲ ਆਏ, ਕਹਿਣ ਲੱਗੇ ਮਹਾਰਾਜ ਗਰੀਬ ਨਿਵਾਜ, ਸਾਡੇ ਇਸ ਮਦਰੀ ਪਿੰਡ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਚੱਲ ਕੇ ਆਏ ਜੀ। ਸੰਗਤ ਜੀ, ਗੁਰੂ ਅਰਜਨ ਦੇਵ ਜੀ ਨੇ ਵੀ ਬੜਾ ਪ੍ਰਚਾਰ ਕੀਤਾ, ਸੱਚੇ ਪਾਤਸ਼ਾਹ ਨੇ ਬੜੀਆਂ ਥਾਵਾਂ ਤੇ ਚਰਨ ਪਾਏ, ਜਿੱਥੇ ਹਰਿਮੰਦਰ ਸਾਹਿਬ ਦੀ ਸੇਵਾ ਕਰਾਈ, ਸਰੋਵਰ ਦੀ ਸੇਵਾ ਕਰਵਾਈ, ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਪ੍ਰਕਾਸ਼ ਕਰਾਏ, ਉੱਥੇ ਤੁਰ ਫਿਰ ਕੇ ਵੀ ਬੜਾ ਪ੍ਰਚਾਰ ਕੀਤਾ ਜੀ। ਤੇ ਉਹ ਸਿੱਖ ਕਹਿਣ ਲੱਗਾ, ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਪਿੰਡ ਚ ਆਏ ਸੀਗੇ। ਹਾਂਜੀ, ਸਿੱਖ ਕੇਦਾਰਾ ਮਿਲਿਓ ਸੁਧਾਏ, ਤੇ ਇਸੇ ਸਾਡੇ ਪਿੰਡ ਵਿੱਚ ਸਾਡਾ ਵੱਡਾ ਵਡੇਰਾ ਰਹਿੰਦਾ ਸੀ, ਉਹਦਾ ਨਾਮ ਸੀ ਭਾਈ ਕੇਦਾਰਾ ਜੀ। ਕੀ ਨਾਮ ਹੈ? ਭਾਈ ਕੇਦਾਰਾ ਜੀ। ਹਾਂਜੀ, ਡੇਰਾ ਧਰਮਸਾਲ ਕਰਵਾਇਓ, ਉਹਨੇ ਫਿਰ ਮਹਾਰਾਜ ਗਰੀਬ ਨਿਵਾਜ ਗੁਰੂ ਸਾਹਿਬ ਦਾ ਡੇਰਾ ਕਰਵਾਇਆ, ਧਰਮਸ਼ਾਲਾ ਬਣਵਾਈ, ਮਹਾਰਾਜ ਜੀ ਦਾ ਡੇਰਾ ਕਰਵਾਇਆ, ਆਸਣ ਲਵਾਇਆ। ਸੇਵਾ ਕਰਤ ਅਧਿਕ ਚਿਤ ਚਾਇਓ, ਤੇ ਬੜੇ ਚਾਅ ਦੇ ਨਾਲ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ ਗੁਰੂ ਅਰਜਨ ਦੇਵ ਜੀ ਦੀ। ਹਾਂਜੀ, ਹੁਤੀ ਹਜ਼ੀਰਾ ਗਰ ਮਹਿਤਾਹੀ, ਤੇ ਮਹਾਰਾਜ ਸਾਡੇ ਵਡੇਰੇ ਭਾਈ ਕੇਦਾਰੇ ਦੇ ਗਲ ਚ ਹਜ਼ੀਰਾ ਸੀ, ਹਜ਼ੀਰਾਂ ਦੀ। ਇਧਰ ਸਾਖੀ ਮੈਂ ਪੜ੍ਹ ਰਿਹਾ ਹਾਂ ਤੇ ਮੈਂ ਭਾਈ ਮਨਪ੍ਰੀਤ ਸਿੰਘ ਉਹਨਾਂ ਨੂੰ ਫੋਨ ਕਰਨ ਲੱਗਾ ਵੀ ਹਜ਼ੀਰਾ ਕੀ ਹੁੰਦੀ, ਤੇ ਸਾਹਮਣੇ ਹੀ ਆ ਕੇ ਬਹਿ ਗਏ। ਜੋ ਮੈਂ ਪੜ੍ਹਿਆ ਜੀ, ਇੱਥੇ ਇੱਕ ਵੱਡਾ ਫੋੜਾ ਬਣ ਜਾਂਦਾ ਜੀ ਗਲੇ ਵਿੱਚ, ਏਦਾਂ ਹੀ ਆ ਜੀ, ਵੱਡਾ ਫੋੜਾ ਬਣ ਜਾਂਦਾ ਗਲੇ 'ਚ, ਖਾਣ ਪੀਣ ਵਿੱਚ ਬੜੀ ਤੰਗੀ ਹੁੰਦੀ ਹੈ, ਬੜਾ ਦੁੱਖ ਹੁੰਦਾ ਜੀ, ਪੂਰਾ ਸੁੱਜਿਆ ਹੁੰਦਾ ਜੀ। ਹਾਂਜੀ, ਉਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸੇ ਭਾਈ ਮਾਣਕ, ਮਹਾਰਾਜ ਜਦੋਂ ਗੁਰੂ ਅਰਜਨ ਸਾਹਿਬ ਆਏ ਨਾ, ਤੇ ਸਾਡਾ ਵਡੇਰਾ ਭਾਈ ਕੇਦਾਰਾ ਉਹਨੂੰ ਹਜ਼ੀਰਾਂ ਦਾ ਰੋਗ ਸੀ ਸੱਚੇ ਪਾਤਸ਼ਾਹ। ਹਾਂਜੀ, ਦੇਖ ਬਿਖਾਦ ਮਿਟਤ ਸੋ ਨਾਹੀ, ਦੇਤ ਬਿਖਾਦ ਮਿਟਤ ਸੋ ਨਾਹੀ, ਸਾਡਾ ਉਹ ਵਡੇਰਾ ਉਸ ਹਜ਼ੀਰਾਂ ਦੇ ਦੁੱਖ ਤੋਂ ਬੜਾ ਦੁਖੀ ਸੀ ਮਹਾਰਾਜ, ਉਹ ਦੁੱਖ ਮਿਟਦਾ ਹੀ ਨਹੀਂ ਸੀ ਸੱਚੇ ਪਾਤਸ਼ਾਹ, ਹਜ਼ੀਰਾਂ ਦਾ ਰੋਗ ਜਾਂਦਾ ਹੀ ਨਹੀਂ ਸੀਗਾ। ਹਾਂਜੀ, ਕੇਤਿਕ ਕਰ ਉਪਾਓ ਕੋ ਹਾਰਾ, ਬੜਾ ਉਪਾਓ ਵੀ ਕੀਤਾ, ਦਵਾ ਬੂਟੀ ਵੀ ਕੀਤੀ, ਪਰ ਮਹਾਰਾਜ ਉਹ ਰੋਗ ਨਹੀਂ ਗਿਆ ਜੀ। ਚੰਗੀ ਤਰ੍ਹਾਂ ਜਾਂਦਾ ਨਾ ਪੀਤਾ ਹੀ ਚੰਗੀ ਤਰ੍ਹਾਂ ਜਾਂਦਾ ਜੀ। ਹਾਂਜੀ, ਲੰਮੇ ਵੀ ਚੰਗੀ ਤਰ੍ਹਾਂ ਨਹੀਂ ਪਿਆ ਜਾਂਦਾ, ਨਾ ਤਾਂ ਚੰਗੀ ਤਰ੍ਹਾਂ ਵੇਖਿਆ ਜਾਂਦਾ, ਨਾ ਠਾਣਾ ਹੀ ਚੰਗੀ ਤਰ੍ਹਾਂ ਵੇਖਿਆ ਜਾਂਦਾ, ਹਰ ਸਮੇਂ ਇੱਥੇ ਫੁੱਲਿਆ ਰਹਿਣਾ ਜੀ। ਹਾਂਜੀ, ਜਤਨ ਕਰਨ ਤੇ ਪੁਨ ਹਟ ਰਹਿਓ, ਸੱਚੇ ਪਾਤਸ਼ਾਹ ਫਿਰ ਸਾਡੇ ਵਡੇਰੇ ਨੇ ਬੜੇ ਯਤਨ ਕੀਤੇ, ਪਰ ਜਦੋਂ ਰੋਗ ਠੀਕ ਹੀ ਨਾ ਹੋਇਆ ਫਿਰ ਉਹਨੇ ਯਤਨ ਕਰਨੇ ਛੱਡ ਦਿੱਤੇ ਜੀ। ਹਾਂਜੀ, ਏਕ ਅਲੰਬ ਗੁਰੂ ਕੋ ਲਹਿਓ, ਉਹਨੇ ਫਿਰ ਮਨ ਚ ਫੁਰਨਾ ਬਣਾਇਆ ਵੀ ਹੁਣ ਮੈਨੂੰ ਤਾਂ ਗੁਰੂ ਜੀ ਦਾ ਹੀ ਆਸਰਾ ਹੈ, ਜੇ ਮੇਰਾ ਰੋਗ ਕੱਟਣਾ ਹੋਏਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਇਹ ਰੋਗ ਕੱਟ ਦੇਣਗੇ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ, ਇਹ ਰੋਗ ਗੁਰੂ ਸਾਹਿਬ ਕੱਟਣਗੇ ਮੇਰਾ। ਹਾਂਜੀ, ਸਿੱਖੀ ਬਿਖੈ ਸਦਾ ਸਵਧਾਨ, ਹਾਂ ਇੱਕ ਕੰਮ ਸੀਗਾ ਮਹਾਰਾਜ, ਉਹ ਸਾਡਾ ਵਡੇਰਾ ਭਾਈ ਕੇਦਾਰਾ ਸਿੱਖੀ ਚ ਬੜਾ ਸਾਵਧਾਨ ਸੀ। ਸੰਗਤ ਜੀ, ਇਹ ਬੜਾ ਔਖਾ ਕੰਮ ਹੈਗਾ ਜੀ, ਜਿੰਨੇ ਮਰਜ਼ੀ ਅਸੀਂ ਸੱਚੇ ਸੁੱਚੇ ਬਣੀਏ, ਕੋਈ ਨਾ ਕੋਈ ਢਿੱਲ ਤਾਂ ਸਾਡੇ ਕੋਲੋਂ ਹੋ ਜਾਂਦੀ ਹੈ ਜੀ, ਕਲਯੁਗੀ ਬੰਦੇ ਨੂੰ ਹੋਇਆ ਜੀ, ਜੇ ਪੰਜ ਬਾਣੀਆਂ ਹੋਈਆਂ ਤੇ ਰਹਿਰਾ ਸਾਹਿਬ ਛੁੱਟ ਜਾਂਦੀ ਹੈ ਜੀ। ਹਾਂਜੀ, ਤੇ ਜੇ ਰਹਿਰਾ ਸਾਹਿਬ ਕਰੀਏ ਤੇ ਸੋਹਿਲਾ ਸਾਹਿਬ ਛੁੱਟ ਜਾਂਦਾ ਜੀ। ਹੋਰ ਦਸਵੰਧ ਦੇਣਾ ਬਾਕੀ ਨਿਯਮ ਤੇ ਇੱਕ ਪਾਸੇ ਹੈ, ਬੰਦਾ ਸੋਚੇ ਵੀ ਮੈਂ ਸੱਤ ਬਾਣੀਆਂ ਦਾ ਪਾਠ ਹੀ ਰੋਜ਼ ਕਰਨਾ ਹੈ, ਇਹ ਵੀ ਬੜਾ ਔਖਾ ਕੰਮ ਹੋ ਜਾਂਦਾ ਜੀ, ਗੁਰੂ ਸਾਹਿਬ ਕਰਾਉਣ ਤੇ ਹੁੰਦਾ ਜੀ। ਉਹ ਮਹਾਰਾਜ ਨੂੰ ਦੱਸ ਰਿਹਾ ਗੁਰੂ ਹਰਗੋਬਿੰਦ ਸਾਹਿਬ ਨੂੰ, ਸੱਚੇ ਪਾਤਸ਼ਾਹ ਸਾਡਾ ਉਹ ਵਡੇਰਾ ਸਿੱਖੀ ਚ ਬੜਾ ਸਾਵਧਾਨ ਸੀ, ਗੁਰਸਿੱਖੀ ਨੂੰ ਕਮਾਇਆ ਸੀਗਾ ਉਹਨੇ ਮਹਾਰਾਜ,
सेवा करत सप्रीत महान ते है रोग सी पर रोग दे होने दे बावजूद भी उन्हें सेवा करनी जी सेवा करनी ते सेवा करदे ही रहना जी करदे ही रहना संगत जी ये भी रब दी मेहर होवे तां ही हुंदा जी चंगे भले शरीर सेवा नहीं हुंदी जी उन्हां कोल ते जिन्हां नूं रोग लगे आ ਉਹ ਵਿਚਾਰੇ ਦਿਨ ਰਾਤ ਹੀ ਸੇਵਾ ਕਰੀ ਜਾਂਦੇ ਜੀ ਹਾਂਜੀ ਜਾਮ ਜਾਮਨੀ ਜਬ ਰਹਿ ਗਈ ਦਰਸੋਂ ਗੁਰ ਇੱਛਾ ਤਿਸ ਭਈ ਤੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਅਰਜਨ ਸਾਹਿਬ ਆਏ ਤੇ ਮਹਾਰਾਜ ਉਹ ਫਿਰ ਗੁਰੂ ਅਰਜਨ ਸਾਹਿਬ ਕੋਲ ਆਇਆ ਜੀ ਸੇਵਾ ਕਰਕੇ ਸਾਡਾ ਵਡੇਰਾ ਰਾਤ ਦਾ ਸਮਾਂ ਸੀ ਤੇ ਗੁਰੂ ਅਰਜਨ ਦੇਵ ਜੀ ਆਰਾਮ ਕਰ ਰਹੇ ਸਨ ਭਾਈ ਕੇਦਾਰਾ ਜੀ ਲਾਗੇ ਆ ਕੇ ਬੈਠ ਗਏ ਤੇ ਬਾਣੀ ਪੜਨ ਲੱਗ ਪਏ ਜੀ ਤੇ ਰਾਤ ਸੁੱਤੇ ਨੇ ਜੀ ਆਖੋ ਵਾਹਿਗੁਰੂ ਵਾਹਿਗੁਰੂ ਪਤਾ ਕੀ ਕਹਿਣ ਉਹ ਕਹਿਣ ਭਾਗਾਂ ਵਾਲੀ ਰਾਤ ਹੈ ਗੁਰੂ ਅਰਜਨ ਸਾਹਿਬ ਸਾਡੇ ਪਿੰਡ ਆਏ ਆ ਸੌਣਾ ਨੀ ਮੈਂ ਸਾਰੀ ਰਾਤ ਹੀ ਜਾਗ ਕੇ ਦਰਸ਼ਨ ਕਰਨੇ ਹਾਂਜੀ ਸਿੱਖ ਗੁਰ ਸੰਗੀ ਬੈਠੇ ਜੇ ਲਾਗੇ ਮਹਾਰਾਜ ਆਰਾਮ ਕਰ ਰਹੇ ਸੀ ਤੇ ਸਤਿਗੁਰੂ ਜੀ ਦੇ ਸਿੱਖ ਲਾਗੇ ਬੈਠੇ ਹੋਏ ਸਨ ਜੀ ਹਾਂਜੀ ਤਿੰਨ ਮਹਿ ਮਿਲ ਕਰ ਬੈਠ ਰਹੇ ਇਹ ਵੀ ਫਿਰ ਸਾਡਾ ਵਡੇਰਾ ਭਾਈ ਕੇਦਾਰਾ ਜੀ ਉਹਨਾਂ ਦੇ ਵਿੱਚ ਬੈਠ ਕੇ ਤੇ ਮਹਾਰਾਜ ਬਾਣੀ ਪੜਨ ਲੱਗ ਪਿਆ ਭਾਈ ਗੁਰਦਾਸ ਜੀ ਬੈਠੇ ਹੋਏ ਸੀ ਮੁਖੀ ਸਿੱਖ ਭਾਈ ਗੁਰਦਾਸ ਜੀ ਨੇ ਜਦੋਂ ਉਹਦੀ ਧੌਣ ਵੇਖੀ ਉਹਦਾ ਗਲਾ ਵੇਖਿਆ ਹਾਂਜੀ ਰੋਗ ਹਜੀਰਾ ਸੰਕਟ ਭਾਰਾ ਤੇ ਮਹਾਰਾਜ ਫਿਰ ਸਾਡੇ ਵਡੇਰੇ ਭਾਈ ਕੇਦਾਰੇ ਨੇ ਦੱਸਿਆ ਵੀ ਮੈਨੂੰ ਹਜੀਰਾ ਦਾ ਰੋਗ ਹੈ ਬੜਾ ਕਸ਼ਟ ਹੈ ਮੈਂ ਬਹੁਤ ਦੁਖੀ ਹਾਂ ਕਰਤ ਰਹੇ ਹੋ ਕੇਤਕ ਉਪਚਾਰੂ ਤੇ ਮੈਂ ਇਲਾਜ ਵੀ ਕੀਤਾ ਬੜਾ ਇਲਾਜ ਕੀਤਾ ਹਾਂਜੀ ਪਰ ਮੇਰੀ ਕਿਸਮਤ ਦੀ ਕੋਈ ਨੁਕਸ ਹੈ ਮੇਰੀ ਕਿਸਮਤ ਦੀ ਰੋਗ ਲਿਖਿਆ ਇਹ ਰੋਗ ਦੂਰ ਨਹੀਂ ਹੋਇਆ ਸਤ ਸੰਗਤ ਜੀ ਕਈ ਰੋਗ ਨਾ ਬੰਦੇ ਦੀ ਪਰਾਰਬਧ ਚ ਲਿਖੇ ਹੁੰਦੇ ਆ ਜੀ ਇਸ ਕਰਕੇ ਗੁਰਮੁਖ ਫਿਰ ਉਹਦੀ ਅਰਦਾਸ ਨਹੀਂ ਕਰਦੇ ਉਹਨੂੰ ਭੋਗ ਦਿੰਦੇ ਆ ਜੀ ਕੋਈ ਗੱਲ ਨੀ ਜਿਹੜਾ ਲਿਖਿਆ ਉਹ ਭੋਗ ਜਾਵੇ ਤਾਂ ਕਿ ਇਹ ਵੀ ਕਰਮ ਜਿਹੜਾ ਉਹ ਮਿਟ ਜਾਵੇ ਜੀ ਭਾਈ ਗੁਰਦਾਸ ਜੀ ਨੂੰ ਭਾਈ ਕੇਦਾਰਾ ਜੀ ਕਹਿੰਦੇ ਵੀ ਮੈਂ ਸਮਝ ਲਿਆ ਵੀ ਇਹ ਮੇਰੇ ਕਰਮਾਂ ਚ ਹੀ ਦੋਸ਼ ਹੈਗਾ ਕੋਈ ਹਾਂਜੀ ਪਿਖ ਅਮੇਟ ਮੈਂ ਪੁੰਨ ਮਿਟ ਰਹੇ ਹੋ ਹਾਂਜੀ ਨਹਿ ਕੁਛ ਕਰਿਓ ਨਰਨ ਬਹੁ ਕਹਿਓ ਕਿਹਾ ਤੇ ਮੈਨੂੰ ਬੜੇ ਲੋਕਾਂ ਨੇ ਪਰ ਮੈਂ ਕੁਝ ਨਹੀਂ ਕੀਤਾ ਬਸ ਹੁਣ ਆਸਰਾ ਗੁਰੂ ਅਰਜਨ ਦੇਵ ਜੀ ਦਾ ਮੈਂ ਪਹਿਲਾਂ ਬੜੇ ਉਪਚਾਰ ਕੀਤੇ ਫਿਰ ਛੱਡ ਦਿੱਤਾ ਵੀ ਇਹ ਕਿਸਮਤ ਚ ਰੋਗ ਹੈਗਾ ਭੋਗਣਾ ਪੈਣਾ ਹਾਂਜੀ ਸੁਣ ਪੁੰਨ ਬੋਲਿਓ ਸਿੱਖ ਕਲਿਆਣਾ ਰੁੱਜ ਅਸਾਧ ਇਹ ਤੋਹੇ ਪਛਾਣਾ ਆਖੋ ਵਾਹਿਗੁਰੂ ਵਾਹਿਗੁਰੂ ਤੇ ਲਾਗੇ ਭਾਈ ਕਲਿਆਣਾ ਜੀ ਬੈਠੇ ਸੀਗੇ ਇਹ ਬ੍ਰਹਮ ਗਿਆਨੀ ਸਿੱਖ ਨਾਮ ਜਪਣ ਵਾਲੇ ਸਿੱਖ ਮਹਾਰਾਜ ਆਰਾਮ ਕਰਨ ਦੇ ਤੇ ਭਾਈ ਗੁਰਦਾਸ ਜੀ ਨੇ ਸਵਾਲ ਪੁੱਛਿਆ ਤੇ ਲਾਗੋ ਹੀ ਭਾਈ ਕਲਿਆਣਾ ਜੀ ਬੋਲ ਪਏ ਇਹ ਜਿਹੜਾ ਤੇਰਾ ਰੋਗ ਹੈ ਨਾ ਇਹ ਨਹੀਂ ਹੁਣ ਠੀਕ ਹੋਣਾ ਦਵਾਈਆਂ ਨਾਲ ਨਹੀਂ ਠੀਕ ਹੋਣਾ ਹਾਂਜੀ ਦਿਵਸ ਵਿਖੇ ਸਤਿਗੁਰੂ ਅਗਾਰੀ ਜਦੋਂ ਦਿਨ ਚੜੇਗਾ ਤੇ ਤੂੰ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰੀ ਹਾਂਜੀ ਕਰਹੋ ਬਿਨੈ ਦੇ ਰੋਗ ਬਿਦਾਰੀ ਮੈਨੂੰ ਭਰੋਸਾ ਹੈ ਜਦੋਂ ਤੂੰ ਬੇਨਤੀ ਕਰੇਗਾ ਗੁਰੂ ਅਰਜਨ ਸਾਹਿਬ ਤੇਰਾ ਹਜ਼ੀਰਾ ਰੋਗ ਠੀਕ ਕਰ ਦੇਣਗੇ ਜਗਤ ਵਿੱਚ ਐਸੀ ਕੋਈ ਵਸਤੂ ਨਹੀਂ ਹੈ ਕਰਹਿ ਗੁਰੂ ਜੋ ਹੋਏ ਨਾ ਸੋਈ ਜਿਹੜੀ ਮਹਾਰਾਜ ਕਰ ਨਾ ਸਕਣ ਹਾਂਜੀ ਸੁਨਤ ਕੇਦਾਰੇ ਬਹੁਤ ਉਚਾਰਾ ਹੁਣ ਅਗਲੀ ਗੱਲ ਸੁਣਿਓ ਸੰਗਤ ਜੀ ਅਗਲੀ ਗੱਲ ਸੁਣਿਓ ਮੈਂ ਸਾਖੀ ਪੜ੍ਹ ਕੇ ਬੜਾ
हैरान भी हो रहे सब भी धन ने गुरसिखा की कमाई धन है जी। भाई केदारा जी भाई कल्याणा जी नूं जवाब देन लगे जी। हां जी सतगुरु महिमा अपर अपारा वाहेगुरु वाहेगुरु। कहिंदे गुरसिखा गुरु अर्जन देव महाराज आप रब ने। गुरु अर्जन देव जी की महिमा बहुत वड्डी है अपर अपारा परे तो परे महिमा है। गुरु अर्जन देव जी मेरा गला ठीक कर देंगे। एक गल सच्ची है झूठ नहीं है। ताऊ सुनो मेरी अभिलाखा पर मेरे मन की भी गल सुन ला कह लगे जो मेरे मन च चलदा ना वो भी सुन ला। गुरते अब चल सुख को जाचन सत नाम सिमरन मन राचन तन अनित ऐसे सुख इसके नाशवंत नह संगी किसके। मेरे मन का यह फुरना भी जे गुरु साहब को कुछ मंगना तो बड़ा ही मंगी है। शरीर ने तो नाश होना ही है शरीर ने तो नाश होना तो ठीक है दुख तो होंदा रोग का पर गुजारा चल रहा कह लगे जे गुरु गुरु अर्जन देव साहब को कुछ मंगना तो फिर ओ सुख मंगिए जेड़ा कदी नास ही नहीं होना। महाराज ने बाणी दे विच सारियां गल्लां लिखियां संगत दी। हाँ जी बाणी ते सब कुछ लिखिया ते भाई केदारा जी कहिंदे भी मैं अपने शरीर वास्ते अरदास नहीं करनी मैं नहीं अपने शरीर वास्ते अरदास करनी भी महाराज मैनू राजी खुशी कर दियो मैं तो इको ही गल मंगूंगा भी सच्चे पातशाह मेरी तुहाडे चरणा ना बाणा आवे। ठीक करना होगा तो कर देंगे नहीं करना ता भी ठीक है पर मैं ये अरदास नहीं करनी भी गुरु जी मैनू राजी कर दियो। हुण मेरी एक बेनती है हर अवस्था हर बंदे दी नहीं हुंदी तुसी कथा सुन के अज तो यह ना फुरना बना लियो भी अहीं अपने शरीर की राजी खुशी की अरदास ही नहीं करनी थी। ये अवस्था की गल हैगी है जी भाई केदारा जी की अवस्था हैगी है उदा महाराज ये भी कहते स्वस्थ व्यवस्था हर की सेवा मध्यंत प्रभ जापण नानक सो प्रभ सिमरिया इस देह ही को पाल। हाँ जी महाराज कहते रब का नाम जप शरीर का भी ध्यान रख पर यह अवस्था है भाई केदारा जी कहते हैं भी मैं अपने शरीर की अरदास नहीं करनी शरीर तो नाशवान एक दिन नाश हो जाएगा। हाँ जी रोज हर बेहिस गुर को कहो इस करके गुरु साहब बहुत वड्डे ने ते दुख दूर करने वास्ते रोग दूर करने वास्ते मैं गुरु जी नूं कहां। उचित मतंग कुंभ जो फारन आखो वाहेगुरु। कहिंदे किथे शेर नूं कहना भी मच्छर मार ये तां चंगी गल नहीं शेर तो हाथी का भी सिर पाड़ खोलता तो मैं शेर नूं कहां मच्छर मार ये तो चंगी गल नहीं। संगत जी इधर हरियाणे में एक गुरमुख होए है बाबा हरदयाल सिंह जी उन्होंने लहरी जी कहते जी। अखीरले समय ना जी उन्होंने थोड़ी जी प्रॉब्लम सी तो रात नींद ना आनी जी। हाँ जी दर्द शुरू हो जानी जी तो सिंह कहते भी अरदास करिए कोई डॉक्टर सदिए इलाज कराइए। कहते डॉक्टर सदो इलाज कराओ गल ठीक है पर आ हुण जिहड़ी दर्द है ना ये मेरा नहीं जी करता भी यह ठीक हो गए। वो सारे हैरान हो गए कहते भी यह कि गल कट दी जे कहते कारण यह है जदों दर्द होने लगती ना फिर मैं जपना शुरू हो जाता वाहेगुरु 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 ते ते मेरी बन गई यार ये बन गई मेरी दोस्त ये करवाउंदी मेरे कोलों भजन पर मैं फिर बेनती करदा ये सारे दी अवस्था नहीं हैगी जी
ਸਾਰਿਆਂ ਦੀ ਅਵਸਥਾ ਨਹੀਂ ਹੈਗੀ ਭਾਈ ਕਿਦਾਰੇ ਵਾਲੀ ਦੀ। ਉਹ ਕਹਿਣ ਲੱਗੇ ਵੀ ਸ਼ੇਰ ਕੋਲੋਂ ਮੱਛਰ ਨਹੀਂ ਬਣਾਉਣਾ ਚਾਹੀਦਾ, ਸ਼ੇਰ ਕੋਲੋਂ ਹਾਥੀ ਨੂੰ ਪੜਵਾਉਣਾ ਚਾਹੀਦਾ, ਭਾਵ ਬੰਦਾ ਵੇਖ ਕੇ ਮੰਗ ਮੰਗਣੀ ਚਾਹੀਦੀ ਹੈ। ਗੁਰੂ ਸਰਜਨ ਸਾਹਿਬ ਤੇ ਬਹੁਤ ਵੱਡੇ ਨੇ। ਹਾਂਜੀ, ਉਹ ਮਹਾਨ ਮਸਤ ਕੋ ਮਾਰਤ, ਉਹ ਤਾਂ ਅੰਦਰ ਦੇ ਵਿਕਾਰ ਮਾਰ ਦਿੰਦੇ ਆ, ਮੋਹ ਮਾਰ ਦਿੰਦੇ ਆ। ਜਿਸ ਦਿਸ਼ ਕਰਨਾ ਦ੍ਰਿਸ਼ਟ ਨਿਹਾਰ, ਜਿਸ ਪਾਸੇ ਗੁਰੂ ਅਰਜਨ ਸਾਹਿਬ ਮਿਹਰ ਦੀ ਦ੍ਰਿਸ਼ਟੀ ਨਾਲ ਵੇਖ ਲੈਣ। ਹਾਂਜੀ, ਅਸ ਨਿਸ਼ਚਾ ਨਿਜ ਕੀਨ ਸੁਨਾਵਨ, ਇਸ ਕਰਕੇ ਮੈਂ ਤਾਂ ਇਹ ਆਸ ਰੱਖਦਾ ਹਾਂ ਗੁਰੂ ਅਰਜਨ ਦੇਵ ਸਾਹਿਬ ਮੇਰੇ ਤੇ ਮਿਹਰ ਕਰਨ ਤੇ ਮੇਰੇ ਤੇ ਦ੍ਰਿਸ਼ਟੀ ਪਾਉਣ ਤੇ ਮੈਨੂੰ ਆਤਮਿਕ ਸੁੱਖ ਮਿਲੇ ਜੀ, ਇਹਦੀ ਕੋਈ ਗੱਲ ਨਹੀਂ। ਮਹਾਰਾਜ ਬਾਣੀ ਚ ਕਹਿੰਦੇ ਗੁਰਸਿੱਖਾਂ ਦੇ ਅੰਦਰ ਫੁਰਨਾ ਕੀ ਹੁੰਦਾ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾ ਰਹਿਣਗੇ। ਉਹ ਇਹ ਨਹੀਂ ਮੰਗਦੇ ਕਿ ਮਹਾਰਾਜ ਸਾਡਾ ਆਹ ਰਾਜੀ ਕਰ ਦਿਓ, ਆਹ ਰਾਜੀ ਕਰ ਦਿਓ। ਉਹ ਇੱਕੋ ਹੀ ਕਹਿੰਦੇ ਆ, ਸੱਚੇ ਪਾਤਸ਼ਾਹ ਮੈਨੂੰ ਆਪਣੇ ਨਾਲ ਮਿਲਾਓਗੇ ਕਦੋਂ, ਮੇਰੇ ਤੇ ਮਿਹਰ ਕਦੋਂ ਹੋਏਗੀ। ਆਓ ਪਿਆਰ ਨਾਲ ਆਪਾਂ ਵੀ ਸਾਰੇ ਪੜ੍ਹੀਏ, ਫਿਰ ਥੋੜੀ ਜਿਹੀ ਸਾਖੀ ਰਹਿ ਗਈ ਹੈ, ਸੁਣਾ ਕੇ ਖਿਮਾ ਮੰਗੀਏ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵਹਿਗੇ, ਹਾਂ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵਹਿਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵਹਿਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਕਬ ਗੱਲ ਲਾਵਹਿਗੇ 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 ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਕਬ ਗੱਲ ਲਾਵਹਿਗੇ 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 ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ, ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਹਿਗੇ। ਛੋਟੀ ਚੀਜ਼ ਤਾਂ ਮੰਗਦਾ ਹੀ ਨਹੀਂ ਜੀ, ਜਿਹੜੇ ਗੁਰਮੁਖ ਨੇ ਉਹ ਛੋਟੀ ਚੀਜ਼ ਨਹੀਂ ਮੰਗਦੇ ਜੀ, ਉਹ ਮਹਾਰਾਜ ਨੂੰ ਹੀ ਮੰਗਦੇ ਜੀ, ਗੁਰੂ ਸਾਹਿਬ ਨੂੰ ਹੀ ਮੰਗਦੇ ਜੀ। ਭਾਈ ਕੇਦਾਰਾ ਜੀ ਕਹਿਣ ਲੱਗੇ, ਅਸ ਨਿਸ਼ਟਾ ਨਿਜ ਕੀਨ ਸੁਨਾਵਨ, ਸਰਬ ਸਿੱਖ ਤਤ ਛਿਨ ਹਰ ਖਾਵਨ,
ਉਹ ਕਹਿਣ ਲੱਗੇ ਮੈਂ ਨੀ ਮਹਾਰਾਜ ਨੂੰ ਕਹਿਣਾ ਮੇਰਾ ਰੋਗ ਰਹੀ ਸਾਜਾ ਨਹੀਂ ਕਰ ਲਿਓ। ਜਦੋਂ ਇਹ ਗੱਲ ਸੰਗਤ ਦੀ ਗੁਰਸਿੱਖਾਂ ਨੇ ਸੁਣੀ ਗੁਰਸਿੱਖ ਬੜੇ ਖੁਸ਼ ਹੋਏ। ਮਿਹਰ ਹੋਏਗੀ ਉਹੀ ਇਹ ਗੱਲ ਸਮਝੇਗਾ, ਹੋਰ ਨੀ ਕੋਈ ਬੰਦਾ ਸਮਝ ਸਕਦਾ ਜੀ। ਹਾਂਜੀ, ਧਾਰ ਸ਼ਰਧਾ ਦ੍ਰਿੜ ਅਬ ਨਿਜ ਗੁਰ ਕੀ, ਤੇ ਹੁਣ ਤੂੰ ਮੇਰਾ ਬਚਨ ਮੰਨ ਕਹਿਣ ਲੱਗੇ। ਗੁਰੂ ਅਰਜਨ ਸਾਹਿਬ ਜੀ ਦੀ ਮਿਹਰ ਹੋਈ ਹੈ ਤੇ ਤੂੰ ਸ਼ਰਧਾ ਧਾਰਨ ਕਰ। ਹਾਂਜੀ, ਧਰੀ ਜੋ ਪਨਹੀ ਇਹ ਸਤਿਗੁਰ ਕੀ, ਆ ਜਿਹੜਾ ਜੋੜਾ ਪਿਆ ਨਾ ਇਹ ਸਾਡੇ ਸਤਿਗੁਰੂ ਜੀ ਦਾ ਜੋੜਾ ਪਿਆ, ਗੁਰੂ ਅਰਜਨ ਸਾਹਿਬ ਜੀ ਦਾ ਜੋੜਾ ਹੈ। ਹਾਂਜੀ, ਗਰਕੇ ਜਹੋ ਦਿਸ਼ ਫੇਰੋ ਯਾਹੇ, ਇਸ ਜੋੜੇ ਨੂੰ ਪਕੜ ਤੇ ਆਪਣੇ ਗਲੇ ਦੇ ਚਾਰੇ ਪਾਸੇ ਫੇਰ ਮਾਰ ਗਰੀਬ ਨਵਾਜ ਜੀ ਦਾ ਜੋੜਾ। ਹਾਂਜੀ, ਦੁਖਦ ਰੋਗ ਸਗਰੇ ਮਿਟ ਜਾਹੇ, ਕਹਿੰਦੇ ਮੈਂ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿੰਦਾ ਤੇਰਾ ਦੁੱਖ ਤੇਰਾ ਰੋਗ ਉਸੇ ਵੇਲੇ ਮਿਟੇਗਾ ਕਹਿਣ ਲੱਗੇ। ਹਾਂਜੀ, ਮਾਨਿਓ ਕਹਿਬੋ ਹੱਥ ਉਠਾਈ, ਤੇ ਭਾਈ ਕੇਦਾਰਾ ਜੀ ਨੇ ਨੀ ਅਰਦਾਸ ਕੀਤੀ ਜੀ, ਭਾਈ ਗੁਰਦਾਸ ਜੀ ਨੇ ਆਪਣੇ ਵੱਲੋਂ ਕਿਹਾ, ਭਾਈ ਗੁਰਦਾਸ ਜੀ ਦਾ ਬਚਨ ਮੰਨ ਕੇ ਭਾਈ ਕੇਦਾਰਾ ਜੀ ਨੇ ਸਤਿਗੁਰੂ ਜੀ ਦਾ ਜੋੜਾ ਫੜਿਆ ਜੀ। ਹਾਂਜੀ, ਰੋਗ ਹਜੀਰਾ ਪਰ ਤਬ ਲਾਈ, ਜਦੋਂ ਉਹ ਲਾਇਆ ਨਾ ਜੀ ਜੋੜਾ ਸਤਿਗੁਰੂ ਜੀ ਦਾ ਉਸ ਜਗ੍ਹਾ ਲਾਇਆ ਜਿੱਥੇ ਹਜੀਰਾ ਹੋਈ ਸੀਗੀ। ਹਾਂਜੀ, ਤੁਰਤ ਕਿਦਾਰੇ ਕੋ ਦੁੱਖ ਹਰਿਓ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਤੁਰੰਤ ਹੀ ਉਸੇ ਵੇਲੇ ਹੀ ਸਾਧ ਸੰਗਤ ਜੀ ਉਹ ਰੋਗ ਦੂਰ ਹੋ ਗਿਆ ਜੀ। ਹਾਂਜੀ, ਮਨ ਹੋ ਨਾ ਭਰਿਓ ਘਰੋ ਅਸ ਕਰਿਓ, ਕਹਿੰਦੇ ਮੰਨ ਲਓ ਵੇਖ ਸਮਝ ਹੀ ਨਹੀਂ ਸੀ ਆਉਂਦੀ ਵੀ ਇੱਥੇ ਰੋਗ ਹੈਗਾ ਸੀ ਕਿ ਨਹੀਂ ਸੀ ਹੈਗਾ, ਇਹੋ ਜਿਹਾ ਗਲਾ ਹੋ ਗਿਆ ਜੀ। ਇੱਕਦਮ ਹੀ ਕਰਾਮਾਤ ਵਰਤੀ ਤੇ ਜੋੜਾ ਲਾਉਣ ਦੀ ਦੇਰ ਸਭ ਰੋਗ ਦੂਰ ਹੋ ਗਿਆ ਜੀ। ਹਾਂਜੀ, ਜਨਮ ਇਸ ਚਾਹਤ ਪਨਹੀਂ ਲਾਗੇ, ਹਰਕਤ ਭਏ ਸਰਬ ਰੁਜ ਭਾਗੇ, ਹੁਣ ਤਾਂ ਲਾਗੇ ਲਾਗੇ ਜਿੰਨੇ ਬੈਠੇ ਸੀ ਨਾ ਉਹ ਸਾਰੇ ਕਹਿਣ ਲੱਗੇ, ਮਨ ਚ ਫੁਰਨੇ ਬਣਾਉਣ ਲੱਗੇ ਵੀ ਸਾਹਿਬ ਜੋੜਾ ਲਾ ਲਈਏ ਮਹਾਰਾਜ ਦਾ, ਸਾਡੇ ਵੀ ਦੁੱਖ ਦੂਰ ਹੋ ਜਾਣ, ਸਾਡੇ ਵੀ ਦੁੱਖ ਦੂਰ ਹੋ ਜਾਣ। ਉਹ ਬਹਾਨਾ ਲੱਭਣ ਲੱਗੇ ਸੰਗਤ ਜੀ, ਜੇ ਆਪਾਂ ਬੈਠੇ ਹੁੰਦੇ ਅਸੀਂ ਵੀ ਸੋਚਣਾ ਸੀ ਕਿਤੇ ਗੁਰੂ ਅਰਜਨ ਸਾਹਿਬ ਦਾ ਜੋੜਾ ਸਾਨੂੰ ਵੀ ਛੂ ਜਾਵੇ ਜੀ। ਬੜੀ ਤਾਕਤ, ਬੜੀ ਤਾਕਤ। ਮੈਂ ਨਾਮ ਨਹੀਂ ਲੈਣਾ ਪਰ ਇੱਕ ਗੁਰਮੁਖਾਂ ਦਾ ਤੁਹਾਨੂੰ ਬਚਨ ਸੁਣਾਉਂਦਾ। ਉਹ ਗੁਰਮੁਖ ਬੜੇ ਤਿਆਗੀ ਬੈਰਾਗੀ ਜੀ, ਬਹੁਤ ਤਿਆਗੀ ਬੈਰਾਗੀ, ਤਿਆਗ ਦਾ ਵੀ ਤਿਆਗ ਕੀਤਾ ਸੀ ਉਹਨਾਂ ਨੇ ਜੀ। ਹਾਂਜੀ, ਮਤਲਬ ਬੜੀਆਂ ਚੀਜ਼ਾਂ ਤਿਆਗ ਤੇ ਦਿੰਦਾ ਪਰ ਮਨ ਚ ਰੱਖਦਾ ਵੀ ਮੈਂ ਤਿਆਗੀਆਂ ਨੇ, ਉਹਨਾਂ ਤਿਆਗ ਦਾ ਵੀ ਤਿਆਗ ਕੀਤਾ ਸੀਗਾ ਜੀ। ਸਿਮਰਨ ਅਭਿਆਸ ਬੜਾ ਜੀ, ਕਿਸੇ ਨੂੰ ਨਹੀਂ ਮਿਲਣਾ, ਭਜਨ ਕਰਦੇ ਰਹਿਣਾ। ਤੇ ਉਹਨਾਂ ਦੇ ਅਸਥਾਨ ਤੇ ਸਿੰਘ ਵਿਦੇਸ਼ ਤੋਂ ਆਇਆ, 6-7 ਮਹੀਨੇ ਹੋ ਰਿਹਾ ਜੀ ਭਜਨ ਕਰਨ ਵਾਸਤੇ, ਤੇ ਜੋੜਾ ਵੀ ਨਾ ਉਹ ਮਹਾਂਪੁਰਖ ਟੁੱਟਾ ਜਾ ਹੀ ਪਾਉਂਦੇ ਹੁੰਦੇ ਸੀਗੇ ਜੀ। ਹਾਂਜੀ, 6 ਮਹੀਨੇ ਉਹ ਬੰਦਾ ਮਹਾਂਪੁਰਖਾਂ ਦੇ ਜੋੜੇ ਨੂੰ ਹੱਥ ਲਾਉਣ ਦੀ ਜੁਗਤੀਆਂ ਬਣਾਉਂਦਾ ਰਿਹਾ, ਮੌਕਾ ਨਹੀਂ ਦਿੱਤਾ ਜੀ ਉਹਨਾਂ ਨੇ। ਸੱਚਾ ਗੁਰਮੁਖ ਨਹੀਂ ਚਾਹੁੰਦਾ ਵੀ ਇਸ ਤਰ੍ਹਾਂ ਹੋਵੇ ਜੀ। ਗੁਰੂ ਸਾਹਿਬ ਦੀ ਤੇ ਗੱਲ ਹੋ ਰਹੀ ਨਾ, ਗੁਰੂ ਸਾਹਿਬ ਤੇ ਰੱਬ ਪਰਮੇਸ਼ਰ ਨੇ ਨਾ ਜੀ। ਇੱਕ ਦਿਨ ਫਿਰ ਮਹਾਂਪੁਰਖਾਂ ਆਪ ਹੀ ਕੋਈ ਖੇਡ ਵਰਤਾਈ ਤੇ ਜੋੜਾ ਬਾਹਰ ਜਾਣ ਕੇ ਲਾ ਦਿੱਤਾ ਜੀ, ਜਿੱਥੇ ਨਹੀਂ ਸੀ ਲਾਉਂਦੇ ਉੱਥੇ ਲਾਇਆ ਜੀ। ਉਹ ਸਿੰਘ ਨੇ ਨਾ ਜੀ ਉਹ ਜੋੜੇ ਤੋਂ ਹੱਥ ਫੇਰਿਆ, ਚਰਨ ਧੂੜੀ ਲਈ ਮੱਥੇ ਤੇ ਲਾ ਲਈ, ਤੇ ਜਦੋਂ ਲਾਈ ਇੰਨਾ ਜ਼ਿਆਦਾ ਪ੍ਰੈਸ਼ਰ ਦੇ ਨਾਲ ਸ਼ਬਦ ਉਹਦੇ ਅੰਦਰ ਚੱਲਣ ਲੱਗ ਪਿਆ, ਉਹਨੂੰ ਅਰਦਾਸ ਕਰਨੀ ਪਈ, ਉਹਦੇ ਕੋਲੋਂ ਝੱਲ ਨਹੀਂ ਹੋਇਆ ਤੇ ਉਹਨੂੰ ਬੰਦ ਕਰਵਾਇਆ ਮਹਾਂਪੁਰਖਾਂ ਕੋਲ ਆਇਆ। ਕਹਿੰਦਾ ਮੇਰੇ ਕੋਲ ਭੁੱਲ ਹੋ ਗਈ, ਮੇਰੇ ਅੰਦਰ ਇੰਨਾ ਜ਼ਿਆਦਾ ਸ਼ਬਦ ਚੱਲਣ ਲੱਗ ਪਿਆ, ਮੇਰੇ ਕੋਲ ਸਹਿਣ ਨਹੀਂ ਹੁੰਦਾ, ਮੈਂ ਮਰ ਜਾਣਾ ਜੇ ਕਹਿਣ ਲੱਗਾ, ਇਹਨੂੰ ਬੰਦ ਕਰਾ ਦਿਓ ਸ਼ਬਦ ਨੂੰ। ਸਾਰੇ ਝੱਲ ਨਹੀਂ ਨਾ ਸਕਦੇ। ਹੁਣ ਚੇਤਾ ਰੱਖਿਓ, ਅਭਿਆਸੀ ਪੁਰਸ਼ ਬਹੁਤ ਸਾਰੇ ਖੜਾਵਾਂ ਪਾਉਂਦੇ ਨੇ ਜੀ, ਖੜਾਵਾਂ। ਜਦੋਂ ਬੰਦਾ ਨਾਮ ਜਪਦਾ ਹੈ ਉਹਦੇ ਸਰੀਰ 'ਚ ਇੱਕ ਤੱਤ ਬਣਦਾ, ਸਿਮਰਨ ਦਾ ਇੱਕ ਤੱਤ ਹੈ ਸਾਧ ਸੰਗਤ ਜੀ। ਜਿਵੇਂ ਅਸੀਂ ਪ੍ਰਸ਼ਾਦਾ ਪਾਣੀ ਛਕਦੇ ਹਾਂ, ਸਾਡਾ ਤੱਤ ਬਣਦਾ,
ਸਰੀਰ ਵਿੱਚ ਸਿਮਰਨ ਦਾ ਵੀ ਇੱਕ ਤੱਤ ਬਣਦਾ ਜਿਹੜਾ ਅਨੁਭਵ ਹੁੰਦਾ ਵੇਖਣ ਵਿੱਚ ਫੜਨ ਵਿੱਚ ਨਹੀਂ ਆਉਂਦਾ। ਜਦੋਂ ਨਾਮ ਸਿਮਰਨ ਜਪ ਕੇ ਬੰਦਾ ਬਿਲਕੁਲ ਧਰਤੀ ਤੇ ਉਸੇ ਵੇਲੇ ਪੈਰ ਰੱਖੇ ਚਰਨ ਰੱਖੇ ਉਹ ਤੱਤ ਧਰਤੀ ਆਪਣੇ ਵਿੱਚ ਖਿੱਚਦੀ ਹੈ ਜੀ। ਲੱਕੜ ਜਿਹੜੀ ਹੈ ਨਾ ਉਹ ਤੱਤ ਅਡੋਪਟ ਨਹੀਂ ਕਰਦੀ। ਇਸ ਕਰਕੇ ਰੱਬ ਦੇ ਪਿਆਰੇ ਬਹੁਤ ਸਾਰੇ ਖੜਾਵਾਂ ਪਾਉਂਦੇ ਸੀਗੇ ਜੀ। ਉਹ ਤੱਤ ਜਿਹੜਾ ਉਹਨਾਂ ਦੇ ਸਰੀਰ ਵਿੱਚ ਹੀ ਰਹਿੰਦਾ ਸੀਗਾ। ਖੈਰ ਮੇਰਾ ਅੱਜ ਦਾ ਵਿਸ਼ਾ ਨਹੀਂ ਹੈ, ਪਰ ਇਹ ਕਹਿਣ ਦਾ ਭਾਵ ਇਹ ਹੈ ਵੀ ਜਿਹੜੇ ਬਾਕੀ ਜੋੜੇ ਨੇ ਉਹਨਾਂ ਵਿੱਚ ਬੰਦਗੀ ਦਾ ਤੱਤ ਚਲੇ ਜਾਂਦਾ ਹੈ। ਮਹਾਰਾਜ ਜੀ ਦਾ ਜੋੜਾ ਲਾਇਆ ਉਸੇ ਵੇਲੇ ਉਹ ਰਾਜੀ ਹੋ ਗਿਆ ਜੀ। ਹਾਂਜੀ, ਕਿਤਕ ਸਮੇਂ ਮਹਿ ਸਤਿਗੁਰ ਜਾਗੇ, ਕੁਝ ਸਮੇਂ ਬਾਅਦ ਗੁਰੂ ਅਰਜਨ ਦੇ ਮਹਾਰਾਜ ਜਾਗ ਗਏ ਸੱਚੇ ਪਾਤਸ਼ਾਹ। ਪਿਖਿਓ ਕੇਦਾਰਾ ਬੈਠਿਓ ਅੱਗੇ, ਤੇ ਭਾਈ ਕੇਦਾਰਾ ਜੀ ਸਭ ਤੋਂ ਅੱਗੇ ਬੈਠੇ ਹੋਏ ਸੀਗੇ ਜੀ। ਐ ਰਾਜੀ ਖੁਸ਼ੀ ਹੋਏ ਜੀ। ਹਾਂਜੀ, ਪਦ ਅਰਬਿੰਦਨ ਬੰਦੇ ਗੁਰ ਕੋ, ਤੇ ਭਾਈ ਕੇਦਾਰਾ ਜੀ ਨੇ ਬਹੁਤੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਿਆ। ਉਚਿਤ ਭਾਈ ਕਹਾਂ ਰੁਜ਼ਗਾਰ ਕੋ, ਤੇ ਮਹਾਰਾਜ ਸਤਿਗੁਰੂ ਪੁੱਛਦੇ ਭਾਈ ਕੇਦਾਰੇ ਰੋਗ ਕਿੱਥੇ ਗਿਆ। ਹਾਂਜੀ, ਸੁਣ ਕਰ ਸੰਗਰੀ ਬਾਤ ਬਤਾਈ, ਤੇ ਸੁਣ ਕੇ ਸਾਰੀ ਗੱਲ ਦੱਸੀ ਵੀ ਭਾਈ ਗੁਰਦਾਸ ਜੀ ਨੇ ਮੱਤ ਦਿੱਤੀ, ਮੈਂ ਆਪ ਜੀ ਦਾ ਜੋੜਾ ਲਾਇਆ ਤੇ ਉਸੇ ਵੇਲੇ ਹੀ ਰੋਗ ਸਾਰਾ ਠੀਕ ਹੋ ਗਿਆ ਜੀ। ਹਾਂਜੀ, ਤੁਮਰੀ ਪਨਹੀ ਅਭੈ ਲਗਾਈ, ਮਹਾਰਾਜ ਆਪ ਜੀ ਦੇ ਚਰਨਾਂ ਦਾ ਜੋੜਾ ਲਾਇਆ ਤਾਂ ਠੀਕ ਹੋਇਆ ਮਹਾਰਾਜ। ਅਨਕ ਜਤਨ ਤੇ ਗਇਓ ਨਾ ਜੋਏ, ਉਹ ਰੋਗ ਜਿਹੜਾ ਬੜੇ ਯਤਨਾਂ ਦੇ ਨਾਲ ਵੀ ਨਹੀਂ ਗਿਆ। ਤਨਿਕ ਸਮੇਂ ਮਹਿ ਦੀਸਨ ਖੋਏ, ਤੁਹਾਡੀ ਮਿਹਰ ਹੋਈ ਤੇ ਥੋੜੇ ਜਿਹੇ ਸਮੇਂ ਦੀ ਉੱਡ ਗਿਆ ਮਹਾਰਾਜ, ਬਿਲਕੁਲ ਹੀ ਨਵਾਂ ਹੋ ਗਿਆ ਮੇਰਾ ਗਲਾ। ਹਾਂਜੀ, ਤਬ ਸਤਿਗੁਰ ਲੇ ਆਸਾ ਹਾਰ, ਤੇ ਮਹਾਰਾਜ ਦੇ ਪਲੰਘੇ ਦੇ ਲਾਗੇ ਨਾ ਆਸਾ, ਆਸਾ ਕਹਿੰਦੇ ਸੋਟੇ ਨੂੰ, ਮਹਾਰਾਜ ਦੇ ਸੋਟਾ ਫੜਿਆ ਜੀ। ਹਾਂਜੀ, ਪਨਹੀ ਕੋ ਉਠਾਏ ਤੇ ਸਾਥ, ਜੋੜੇ ਨੂੰ ਹੱਥ ਤਾਂ ਨਹੀਂ ਲਾਇਆ, ਉਹ ਜੋੜਾ ਮਹਾਰਾਜ ਨੇ ਉਸ ਸੋਟੇ ਨਾਲ ਚੁੱਕਿਆ ਜੀ। ਦਈ ਕਿਦਾਰੇ ਕੋ ਇਮ ਕਹਿਓ, ਮਹਾਰਾਜ ਗਰੀਬ ਨਵਾਜ਼ ਨੇ ਉਹ ਜੋੜਾ ਪੱਕਾ ਹੀ ਭਾਈ ਕਿਦਾਰੇ ਨੂੰ ਦੇ ਦਿੱਤਾ ਜੀ। ਮਹਾਰਾਜ ਕਹਿੰਦੇ ਰਾਖੀ ਲੈ, ਫਿਰ ਹੁਣ ਇਹਨੂੰ ਰਾਖੀ ਲੈ ਤੂੰ ਕਹਿਣ ਲੱਗੇ। ਹਾਂਜੀ, ਜਿਮ ਤੇਰੇ ਘਰ ਕੋ ਦੁੱਖ ਦਹਿਓ, ਜਿਵੇਂ ਇਸ ਜੋੜੇ ਦੇ ਨਾਲ ਤੇਰੇ ਗਲ ਦਾ ਦੁੱਖ ਠੀਕ ਹੋ ਗਿਆ, ਤਿਮ ਕੋ ਅਪਰ ਹਜੀਰਾਂ ਵਾਰੇ, ਇਸੇ ਤਰ੍ਹਾਂ ਜੇ ਕੋਈ ਹੋਰ ਵੀ ਹੋਵੇ ਜਿਹਨੂੰ ਹਜੀਰਾਂ ਦਾ ਰੋਗ ਹੋਇਆ ਹੋਵੇ, ਕਰੇ ਲਗਾਵਨ ਰੋਗ ਬਿਦਾਰੇ, ਤੇ ਜੇ ਉਹ ਇਹ ਜੋੜਾ ਲਾਵੇਗਾ ਉਹਦਾ ਰੋਗ ਠੀਕ ਹੋ ਜਾਏਗਾ। ਸਤ ਸੰਗਤ ਜੀ, ਇੱਧਰ ਗੁਰੂ ਅਮਰਦਾਸ ਜੀ ਦੇ ਜੋੜੇ ਪਏ ਆ ਫਿਰੋਜ਼ਪੁਰ, ਸੰਗਤਾਂ ਲਾਉਂਦੀਆਂ ਮੱਥੇ ਤੇ, ਕਮਲਿਆਂ ਦਾ ਕਮਲ ਠੀਕ ਹੋ ਜਾਂਦਾ ਜੀ। ਹਾਂਜੀ, ਪਨਹੀਂ ਜੁੱਤ ਆਸਾ ਘਰ ਰੱਖੋ, ਹਾਂਜੀ ਚਿਰੰਕਾਰ ਇਹ ਰਹਿ ਲਖੋ, ਮਹਾਰਾਜ ਕਹਿੰਦੇ ਸੋਟਾ ਵੀ ਰੱਖ ਲਾ, ਸੋਟਾ ਵੀ ਰੱਖ ਲਾ, ਜੋੜਾ ਵੀ ਰੱਖ ਲਾ ਤੇ ਆਪਣੇ ਘਰ ਚ ਰੱਖ ਲਾ, ਜੇ ਕੋਈ ਰੋਗੀ ਆਵੇ ਤਾਂ ਉਹਦੇ ਗੜ ਨੂੰ ਛੁਆ ਦਿਆ ਕਰ, ਕਹਿਣ ਲੱਗੇ। ਹਾਂਜੀ, ਸੁਣ ਆਗਿਆ ਤਬ ਲੀਨ ਕੇਦਾਰੇ, ਭਾਈ ਕੇਦਾਰਾ ਜੀ ਨੇ ਬੜੀ ਖੁਸ਼ੀ ਦੇ ਨਾਲ ਉਹ ਜੋੜਾ ਤੇ ਸੋਟਾ ਲੈ ਲਿਆ ਜੀ, ਰੱਖੇ ਆਪਣੇ ਸਦਨ ਸੁਧਾਰੇ, ਤੇ ਆਪਣੇ ਘਰ ਵਿੱਚ ਰੱਖ ਲਿਆ ਜੀ। ਹਾਂਜੀ, ਪੂਜਾ ਕਰਹਿ ਧਰਿਓ ਇਹ ਰਹਿ, ਸਤਿਗੁਰੂ ਜੀ ਦੀ ਉਸ ਜੋੜੇ ਦੀ ਪੂਜਾ ਕਰਨੀ, ਸੋਟੇ ਦੀ ਪੂਜਾ ਕਰਨੀ, ਤੇ ਭਾਈ ਮਾਣਕ ਜੀ ਅੱਗੋਂ ਉਹਨਾਂ ਦੇ ਖਾਨਦਾਨ ਚ ਹੋਏ ਉਹ ਗੁਰੂ ਹਰਗੋਬਿੰਦ ਸਾਹਿਬ ਕੋ ਲੈ ਕੇ ਆਏ ਜੀ। ਹਾਂਜੀ, ਆਏ ਰੁਜੀ ਤਿਸ ਕੋ ਰੁਜਦਾ ਹੈ, ਮਹਾਰਾਜ ਜੇ ਕੋਈ ਹਜੀਰਾਂ ਦਾ ਰੋਗੀ ਆ ਜਾਵੇ ਅਸੀਂ ਇਹ ਜੋੜਾ ਦੇ ਗਲੇ ਨੂੰ ਛਵਾਉਂਦੇ ਉਹਦਾ ਰੋਗ ਠੀਕ ਹੋ ਜਾਂਦਾ ਮਹਾਰਾਜ। ਹਾਂਜੀ, ਸੁਨਤ ਆਨੰਦ ਭਏ ਸਿੱਖ ਬ੍ਰਿੰਦ, ਸਾਰੇ ਸਿੱਖ ਸੁਣ ਕੇ ਬੜੇ ਖੁਸ਼ ਹੋਏ ਜੀ ਵੀ ਬਹੁਤ ਵਧੀਆ ਗੱਲ ਹੈ। ਬਸੇ ਨਿਸਾ ਸ੍ਰੀ ਹਰਗੋਬਿੰਦ, ਇੱਕ ਰਾਤ ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਉੱਥੇ ਰਹੇ ਜੀ। ਹਾਂਜੀ, ਅੱਜ ਵੀ ਬੜੀਆਂ ਥਾਵਾਂ ਤੇ ਮੇਰੇ ਸਤਿਗੁਰੂ ਦੇ ਚੋਲੇ ਪਏ ਹੈ, ਸਤਿਗੁਰਾਂ ਦੇ ਜੋੜੇ ਪਏ ਹੈ, ਉਹਨਾਂ ਨੇ ਸਪਰਸ਼ ਮਾਣਿਆ ਜੀ ਸਤਿਗੁਰੂ ਜੀ ਦਾ, ਜੀ ਸਪਰਸ਼ ਮਾਣਿਆ, ਅੱਜ ਵੀ ਉਹ ਹਨ, ਉਹਨਾਂ ਵਿੱਚ ਅੱਜ ਵੀ ਕਿਰਪਾ ਵਰਤਦੀ ਹੈ ਜੀ, ਅੱਜ ਵੀ ਕਿਰਪਾ ਵਰਤਦੀ ਹੈ। ਦੁਲਚੀ ਕੇ ਫਿਰੋਜ਼ਪੁਰ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਇੱਕ ਜੋੜਾ ਪਿਆ ਜੀ, ਇੱਕ ਚਰਨ ਦਾ ਜੋੜਾ ਪਿਆ, ਤੇ ਦੂਜਾ ਜੋੜਾ ਹਰਿਆਣੇ 'ਚ ਹੈ ਜੀ, ਤੇ ਸਾਲ 'ਚ ਇੱਕ ਵਾਰ ਉਹ ਜੋੜੇ ਇਕੱਠੇ ਕਰਦੇ ਜੀ ਪੰਜਾਬ 'ਚ ਜੀ। ਹਾਂਜੀ,
महाराज के वह दोवें जोड़े जोड़े वो कट्ठे करते हैं जी। तो एक तो उस समय का ही है चमड़े वाला ही, एक चांदी में चमड़े जी एक जोड़ा जी। तो फिर बहुत सारे लोग जाते हैं, जेड़ा उन्होंने लावे मत्थे ते उदा कमल दूर हुंदा है जी, उदा कमल दूर हुंदा। ते वो प्रेमी जेड़े वो मेरे वाकफ सन जी, हाँ जी। तो असी दर्शन करन गए तो महाराज के दोवें जोड़े मत्थे ते लाउण नूं मौका मिलिया जी, दोवें जोड़े गुरु अमरदास साहब सच्चे पातशाह दे किड्डे भागां वाले जोड़े किसी समय साढ़े सतगुरु के चरण पाते रहे जी। हाँ जी चरण पाते रहे है, जिन्हों चरणा हाथ लाने का हुक्म ही नहीं है वह चरण इन्हों जोड़िया च रेंदे रहे भागा वाले हो नहीं फिर जोड़े जी। महाराज गुरु अर्जन साहब ने जोड़ा ही देता, गुरु हरगोबिंद साहब ने उस जोड़े को फिर मत्था टेकया जी। रात गुरु हरगोबिंद साहिब फिर उत्थे रहे। हुण वेखो कमाल दी गल, एक सिख दा रोग महाराज ने सदा वास्ते कईयां ते कृपा कर दित्ती। जे कोई शरदा ना जावे ना संगत दी कृपा हो जांदी। उंज इह हुण जोड़ा पाकिस्तान है जी, शेखूपुर मदरी पिंड, ये पाकिस्तान का इलाका साथ संगत जी। हाँ जी, खान पान कर भली प्रकारा सुपत जथा सुख भई सकारा। उतो फिर महाराज आराम करन लग पे, दिन फिर महाराज इस पिंड तो तुर पेंदे है। वह प्रसंग हुण आपां कल नूं सरवण करांगे। सतगुरु साढ़े ते मेहर करन, साढ़े सतगुरु जी का जोड़ा होवे, साढ़े सतगुरु जी का चोला होवे, जदों विखे हाथ जोड़ के सिर नवा दिया करो। सिख तरकी नहीं हुंदा जी, सिख शरदा वाला हुंदा जी। हाँ जी, शरदा दे नाल बड़े बड़े दुख जिहड़े है वह ठीक हो जाते हैं जी, बड़े बड़े दुख ठीक हुंदे है। पर शरदा रखी नहीं जाती, भरोसा रखिया नहीं जाता जी। सतगुरु जी मेहर करन, भाई केदारा जी की सोच सी कि मैं अपने शरीर की अरदास नहीं करनी, मैं इहो ही अरदास करांगा सच्चे पातशाह मेरे ते मेहर करो ते मैनू अपने नाल मिला लगो जी। आओ आपां वी सारे अरदास करिए, शब्द पढ़िए फिर दास खिमा मंगे। हाँ तुमरी करो नित आस प्रभ मोहे, कब गल लावेंगे। कब गल लावेंगे प्रभ मोहे, कब गल लावेंगे। कब गल लावेंगे प्रभ मोहे, कब गल लावेंगे। हाँ तुम्हारी करो नित आस प्रभ मोहे, कब गल लावेंगे। कब गल लावेंगे, हाँ तुम्हारी करो नित आस प्रभ मोहे, कब गल लावेंगे। कब गल लावेंगे प्रभ मोहे, कब गल लावेंगे। कब गल लावेंगे प्रभ मोहे, कब गल लावेंगे। हाँ तुम्हारी करो नित आस प्रभ मोहे,
कब गल लागेंगे। तुम्हारी करो नित आस प्रभु मोहे कब गल लागेंगे। सतगुरु मेहर करन कृपा करन बख्शिश करन साड़ी जिंदगी दा ए मनोरथ बने जी। गणका दी साखी तुसी बड़ी बड़ी सुनी संगत जी, ते गणका चाहुंदी सी भी मैं रब दे रस्ते तुरा। गणका चाहुंदी सी हाँ जी, मस्कीन जी एक गल कहिंदे जी, वो कहिंदे भी चार धार्मिक पुरश कट्ठे होण ते वैश्या दी गल करदे, चार वैश्यावां कट्ठियां होण ते रब दी गल करदियां। वो कहिंदियां भी अहीं ते सारा समां ही माड़ा समें रहिंदे जी। गणका चाहुंदी सी कोई मैनू जोड़े, कोई मैनू रब दे रस्ते तोरे। उरे अंदर दी पुकार, बस फिर एक रब दे प्यारे पहुंच गए जी। ते गणका रोई जी उन्हां अगे जी, जदों जिस बंदे नूं अपनियां गलतियां नज़र आउण लग पैण ना, अपने औगुण नज़र आउण लग पैण, वह दूर करना चाहे तो फिर हंझू आ ही जांदे आ जी। गणका रोई जी, गणका ने तरले लए जी भी मां पुरखो मेरे ते मेहर करो, मैं बहुत पाप करती हूँ, मेरे तो वड्डा पापी कौन होएगा। महापुरखां फिर तरस कीता उहदे ते जी, जोड़न दा तरीका हुंदा जी महापुरखां दा, कहिंदे लै गणका तोता लै ला तोता, ते इहनूं बिठा के सामने पिंजरे च टंग के ना, ते रात नूं रात दे सवा पैर जदों दिन चढ़ना, रात दे चौथे पैर भाव दिन चढ़न तो सवा पैर पहला बह जाना, ते दिन चढ़न तक एक बारी आप मुखों कहना राम, ते एरे कोलों कहाउणा। जीभ तो बोल के जदों बंदा कन्नां तो सुणदा ना जी, ते सुणदिआं सुणदिआं भी पाप दूर होण लग पैंदे बंदे ते, सुणदिआं सुणदिआं खास करके रब दा नाम। इस करके सब तो वधिया तरीका पता की, कोई साथी लो, साथी जेड़े तुसीं परिवार वाले हो, अपने बच्चे ले लो, अपने पति नूं लो, अपनी पत्नी नूं लो। एक बारी वह बोले वाहेगुरु, तो दूजी बारी तुसीं बोलो वाहेगुरु, पांच मिनट ही ला लो। महापुरखां ने उन्हें कह दिता कणका नूं भी जिन्ना चिर तक दिन नहीं ना चढ़दा उन्ना चिर तक तू ये काम करना। कहिंदे तसली ना कहने, गरंटी ना कहने, तेनों नरक च नहीं जाना पड़ेगा, इन्ना काम कर लिया। वह फिर कणका ना जी रोज बिठा तोते नूं सामने पिंजरे ते रखना, ते आप राम, उन्हें भी कहना राम, तोता साथी बन गया, ते दिन चढ़न तक जपना, दिन चढ़न तक। ते फिर एक दिन समा बनया, सप आया, बड़ा सप सी, उन्हें तोते नू मार दिता ते छक लिया। बड़े बड़े सप कर जाते, सब बंदा लंघा देंदे जी, ते जिथे उत्ते पिंजरा पिया हुंदा सी, गणका बह गई आके भी बोल राम, उहदी अगों आवाज ना आवे, ते नेरा सीगा जी। उन्हें पिंजरे नूं हथ खोल के ना पिंजरा नेरे च अंदर हथ कीता, ते अंदर बैठा ही सप जी। हाँ जी, वह रात सप के सिरी ते वज गया जी, उन्हें डंग मारता, उन्हें कहा राम, महापुरखां दा वचन मन लिया जी उन्हें राम। जदों उहदे मूहों राम निकलिया जी, फिर वो भाई गुरदास जी कहिंदे उहदा शरीर छुट गया जी। तो यह पक्की गल है गुरबाणी च, अंतकाल नारायण सिमरै ऐसी चिंता महजे मरे,
ਬਦਤ ਤਲੋਚਨ ਤੇ ਨਾਲ ਮੁਕਤਾ ਪੀਤਾਂਬਰ ਵਾਕੈ ਹਰਿਦਾ ਬਸੈ। ਉਹ ਫਿਰ ਸੱਚਖੰਡ ਨੂੰ ਗਈ, ਸੱਚਖੰਡ ਨੂੰ ਗਈ। ਪਰ ਬੰਦੇ ਦੇ ਅੰਦਰ ਆਸ ਤੇ ਹੋਵੇ ਨਾ, ਗਣਕਾ ਪਾਪਣ ਸੀ ਪਰ ਉਹਦੇ ਅੰਦਰ ਆਸ ਤੇ ਸੀ ਨਾ ਵੀ ਮੇਰਾ ਭਲਾ ਹੋਵੇ, ਮੈਂ ਵੀ ਚੰਗੇ ਪਾਸੇ ਲੱਗਾ, ਮੈਂ ਬੜੀ ਪਾਪਣ ਆ। ਆਸ ਸੀ ਤੇ ਰੱਬ ਦੀ ਮਿਹਰ ਹੋ ਗਈ। ਆਓ ਆਪਾਂ ਪੰਗਤੀ ਪੜ੍ਹ ਦੀਏ ਕਿ ਮੰਗੀਏ, ਸਮਾਂ ਵੱਧ ਹੁੰਦੇ ਆ। ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਪ੍ਰੇਮ ਨਾਲ ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਕਬ ਗਲ ਲਾਵਹਿੰਗੇ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਕਬ ਗਲ ਲਾਵਹਿੰਗੇ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਸਤਿਗੁਰੂ ਦੀ ਮਿਹਰ ਕਰਨ ਇਹ ਨਿਸ਼ਾਨਾ ਬਣੇ ਸਾਡੀ ਜ਼ਿੰਦਗੀ ਦਾ। ਭਾਈ ਕੇਦਾਰਾ ਜੀ ਬੜੀ ਵੱਡੀ ਅਵਸਥਾ ਦੇ ਮਾਲਕ, ਸਾਨੂੰ ਕਹਿੰਦੇ ਮੈਂ ਨਹੀਂ ਅਰਦਾਸ ਕਰਨੀ ਗੁਰੂ ਅਰਜਨ ਸਾਹਿਬ ਨੂੰ, ਮਹਾਰਾਜ ਨੇ ਠੀਕ ਕਰਨਾ ਆਪੇ ਕਰ ਦੇਣਗੇ। ਭਾਈਆਂ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।